ਆਦਿਕਾਂ ਕਦਾ ਕਹਾਣੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਭੰ ਗੁਰ ਪ੍ਰਸਾਦ ਸਤ ਗੁਰ ਆਗੇ ਸੀਸ ਭੇਟ ਦਿਉ ਜੇ ਸਤ ਗੁਰ ਸਾਚੇ ਭਾਵੈ ਸਹਿਬ ਇਕਬਾਦ ਸਹਿਬੇ ਬਰਕਤ ਰੌਸ਼ਨ ਚਿਰਾਗ ਮੁਰਸ਼ਿਦੇ ਕਾਮਲ ਨੂਰੇ ਨਜ਼ਰ ਹਰ ਦੋ ਆਲਮ ਸ਼ਾ ਸ਼ਾਹ ਸ਼ੈਨ ਸ਼ਾ ਵਲੀਦੋ ਜਹਾਨ ਸਰਵਰੇ ਕਾਇਨਾਤ ਮਜਸਮਾਏ ਆਬੇ ਹਯਾਤ ਸਾਰੀ ਮਨੁਖਤਾ ਦੇ ਸਾਂਝੇ ਰਹਿਬਰ ਵਾਰਮ ਸਨਮਾਨਯੋਗ ਸਾਹਿਬ ਸੱਚੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਇਆਲਤਾ ਦਾ ਸਦਕਾ ਜੋ ਆਪਾਂ ਸਭਣਾ ਨੂੰ ਸਤਿਗੁਰਾਂ ਦੇ ਹਜ਼ੂਰ ਜੁੜਮਿਲ ਬੈਠ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਅਰਸ਼ੀ ਸੁਨੇਹੇ ਔਰ ਮਹਾਨ ਆਪਣੇ ਪਵਿੱਤਰ ਇਤਿਹਾਸ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੇ ਸ਼ੁਕਰਗੁਜ਼ਾਰ ਹੋਈਏ ਜਿਨ੍ਹਾਂ ਨੇ ਸਾਨੂੰ ਸਾਡੇ ਸਜੀਵਨ ਵਿੱਚ ਐਸੀਆਂ ਕੜੀਆਂ ਬਖਸ਼ੀਆਂ। ਆਓ ਵਿਚਾਰਾਂ ਦੀ ਪ੍ਰారంਭਤਾ ਕਰਨ ਤੋਂ ਪਹਿਲਾਂ ਸਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਕਾਦਰੇ ਹਰਕਾਰ ਵੇਖ ਸਾਰਾਂ ਯਾਰ ਹਕ ਰਾ ਗੰਜੂਰ ਜੁਮਲਾ ਫੈਜੇ ਨੂਰ ਬਾਜਾਂ ਵਾਲੇ ਸਤਿਗੁਰੂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਵਾ ਅਦਬ ਸੀਸ ਝੁਕਾਉਂਦੇ ਆ ਹੋਇਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਸਿੱਖ ਇਤਿਹਾਸ ਦੀ ਬਾਤ ਕਰਦੇ ਆ ਤਾਂ ਜੋ ਸਾਡੀ ਅਰਦਾਸ ਹੈ ਨਿਤਾ ਪ੍ਰਤੀ ਗੁਰੂ ਦੇ ਚਰਨਾਂ ਦੇ ਵਿੱਚ ਅਸੀਂ ਅਰਦਾਸ ਵਿੱਚ ਜੁੜਦੇ ਆ ਤਾਂ ਉੱਥੇ ਅਸੀਂ 10 ਗੁਰੂ ਸਾਹਿਬਾਨ ਜੀ ਤੋਂ ਬਾਅਦ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਉਸ ਮਾਲਕ ਨੂੰ ਚੇਤੇ ਕਰਦੇ। ਉਹਦੇ ਤੋਂ ਬਾਅਦ ਫਿਰ ਸ਼ਹੀਦਾਂ ਦਾ ਉਹਨਾਂ ਦੀਆਂ ਕਮਾਈਆਂ ਦਾ ਉਹਨਾਂ ਦੀਆਂ ਕੁਰਬਾਨੀਆਂ ਦਾ ਧਿਆਨ ਤਰਿਆ ਜਾਂਦਾ। ਔਰ ਸਤਗੁਰਾਂ ਦੀ ਸਰੀਰਕ ਹਯਾਤੀ ਦੇ ਸਮੇਂ ਤੋਂ ਔਰ ਬਾਦ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਛਤਰ ਛਾਇਆ ਹੇਠ ਵਕਤ ਬਾ ਵਕਤ ਜਿਨ੍ਹਾਂ ਨੇ ਕੌਮ ਦੇ ਲਈ ਪੰਥ ਦੇ ਲਈ ਔਰ ਗੁਰੂ ਘਰਾਂ ਦੀ ਮਰਿਆਦਾ ਨੂੰ ਮਾਨ ਨੂੰ ਕਾਇਮ ਰੱਖਣ ਲਈ ਆਨ ਸ਼ਾਨ ਦੇ ਲਈ ਆਪਣੇ ਜੀਵਨ ਕੁਰਬਾਨ ਕੀਤੇ ਤਾਂ ਹੀ ਜਦੋਂ ਅਸੀਂ ਧਿਆਨ ਦੇ ਨਾਲ ਆਪਣੇ ਇਤਿਹਾਸ ਨੂੰ ਕੋਖੀਏ ਤਾਂ ਕੋਈ ਦਿਨ ਐਸਾ ਨਹੀਂ ਹੋਏਗਾ ਜਿਹੜੇ ਦਿਨ ਕੋਈ ਕੁਰਬਾਨੀ ਦੇ ਰੰਗ ਦੇ ਨਾਲ ਨਾ ਰੰਗਿਆ ਹੋਵੇ ਅੱਜ ਅਸੀਂ ਬਾਤ ਕਰਾਂਗੇ ਜਿਸ ਨੂੰ ਅਸੀਂ ਸਿੱਖ ਇਤਿਹਾਸ ਵਿੱਚ ਸਾਕਾ ਪੰਜਾ ਸਾਹਿਬ ਦੇ ਨਾਮ ਨਾਲ ਚੇਤੇ ਕਰਦੇ ਹਾਂ ਸਾਕਾ ਪੰਜਾ ਸਾਹਿਬ ਜੋ ਹਸਨ ਅਬਦਾਲ ਦੀ ਧਰਤੀ ਜਿਸ ਤਰਤ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਿਵਾਜਿਆ ਆਪਣੀ ਚਰਨ ਸ਼ੋਭਾ ਬਖਸ਼ਿਸ਼ ਕੀਤੀ ਤੇ ਵਲੀ ਕੰਧਾਰੀ ਵਰਗਿਆਂ ਦਾ ਮਹਾਰਾਜ ਨੇ ਮਾਨ ਤੋੜ ਕੇ ਉਹਨਾਂ ਨੂੰ ਅਸਲ ਵਿੱਚ ਪਰਮੇਸ਼ਰ ਦੀ ਖੁਦਾ ਦੀ ਅੱਲਾ ਦੀ ਇਬਾਦਤ ਭਗਤੀ ਦਾ ਰਸਤਾ ਵਿਖਾਇਆ ਜਿੱਥੇ ਉਹ ਹਮੇਂ ਹੰਕਾਰ ਦੇ ਵਿੱਚ ਜੀਵਨ ਭਰਿਆ ਹੋਇਆ ਔਰ ਦੂਸਰਿਆਂ ਨੂੰ ਦਬਾ ਕੇ ਮਾਰਨ ਦੀ ਕਹਾਣੀ ਪੱਥਰਾਂ ਥੱਲੇ ਦੱਬ ਦੇਣ ਦੀ ਬਾਤ ਇਹੋ ਜੀ ਵਿਚਾਰ ਰੱਖਣ ਵਾਲੇ। ਉਹਨਾਂ ਨੂੰ ਬਾਬੇ ਨੇ ਕਿਰਪਾ ਕਰਕੇ ਜਿੱਤਿਆ ਮੇਰਾਮਤ ਕੀਤੀ। ਉਹ ਇਤਿਹਾਸ ਕਿਉਂਕਿ ਬਾ ਵਿਸਥਾਰ ਹੈ। ਇਸੇ ਕਰਕੇ ਆਪਾਂ ਉਸ ਦਰਦੇ ਉੱਤੇ ਵਾਪਰੇ 1922 ਈਸਵੀ ਦੇ ਵਿੱਚ ਸਾਕਾ ਪੰਜਾ ਸਾਹਿਬ ਦੀ ਬਾਤ ਕਰਾਂਗੇ ਸਾਕਾ ਪੰਜਾ ਸਾਹਿਬ ਜੋ ਵਾਪਰਿਆ ਜੇ ਤੁਸੀਂ ਗੁਰਦੁਆਰਾ ਗੁਰੂ ਕਾ ਬਾਗ ਜਿਹੜਾ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਅਜਨਾਲੇ ਵਾਲੇ ਪਾਸੇ ਉਹ ਸਥਾਨ ਜਿਹਨੂੰ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਨਿਵਾਜਿਆ ਤੇ ਫਿਰ ਨੌਵੇਂ ਗੁਰਦੇਵ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉੱਥੇ ਚਰਨ ਪਾਏ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਗੁਰਦੁਆਰਾ ਸੁਧਾਰ ਲਹਿਰ ਦਾ ਭਾਵ ਸੀ ਵੀ ਜਿਹੜੇ ਮਹੰਤ ਲੋਕ ਗੁਰੂ ਘਰਾਂ ਦੇ ਉੱਤੇ ਕਾਬਜ਼ ਸਨ ਸੇਵਾਦਾਰ ਹੋਣਾ ਹੋਰ ਚੀਜ਼ ਹੁੰਦੀ ਹੈ ਕਾਬਜ਼ ਹੋਣਾ ਹੋਰ ਹੁੰਦਾ ਹੈ ਤਾਂ ਉਹਨਾਂ ਨੂੰ ਉਹ ਜਦੋਂ ਵੱਧ ਖਲਾਕ ਹੋ ਗਏ ਵੱਧ ਚਲਨੀਆਂ ਕਰਨ ਲੱਗੇ ਗੁਰੂ ਘਰ ਦੀ ਮਰਿਆਦਾ ਦਾ ਕੋਈ ਮਤਲਬ ਨਹੀਂ ਆਪਣੀ ਜ਼ਾਗੀਰ ਸਮਝਣ ਲੱਗੇ ਤਾਂ ਗੁਰੂ ਘਰਾਂ ਦਾ ਪ੍ਰਬੰਧ ਸਵਾਰਨ ਵਾਸਤੇ ਸੁਧਾਰਨ ਵਾਸਤੇ ਕਲੇਸ਼ ਚੱਲੀ ਜਿਸ ਨੂੰ ਗੁਰਦੁਆਰਾ ਸੁਧਾਰ ਲੈ ਰੱਖਿਆ ਤਾਂ ਉਸੇ ਤੇ ਚੱਲਦੇ ਆਂ ਜਦੋਂ ਗੁਰਦੁਆਰਾ ਗੁਰੂ ਕਾ ਬਾਗ ਉਥੋਂ ਦੇ ਮਹੰਤ ਦੇ ਬਾਬਤ ਵੀ ਸੰਗਤਾਂ ਦੇ ਕੋ ਜਿਹੜੀਆਂ ਨੇ ਉਹ ਸ਼ਿਕਾਇਤਾਂ ਲੈ ਕੇ ਆਉਂਦੀਆਂ ਤਾਂ ਉਹਨੂੰ ਆਪਣਾ ਆਪਾ ਸਵਾਰਨ ਵਾਸਤੇ ਠੀਕ ਕਰਨ ਵਾਸਤੇ ਆਖਿਆ ਭਾਵੇਂ ਉਹ ਕੁਝ ਵਕਤ ਲਈ ਚੁੱਪ ਵੀ ਲੇਕਣ ਹਕੂਮਤ ਉਹਨਾਂ ਲੋਕਾਂ ਨੂੰ ਹੱਲਾਸ਼ੇਰੀ ਦੇਂਦੀ ਸੀ ਤਾਂ ਉਥੇ ਇੱਕ ਦਿਨ ਐਸਾ ਕੁਝ ਕੀਤਾ ਗਿਆ ਕਿ ਪੰਜ ਸਿੰਘ ਜੋ ਗੁਰੂ ਘਰ ਦੀ ਜ਼ਮੀਨ ਦੇ ਵਿੱਚੋਂ ਹੀ ਗੁਰੂ ਕਾ ਬਾਗ ਜਿਹੜਾ ਕਿਉਂਕਿ ਬਹੁਤ ਵੱਡਾ ਬਾਗ ਸੀ ਸੁੱਕੇ ਹੋਏ ਜਿਹੜੇ ਦਰਖਤ ਸਨ ਉਹਨਾਂ ਦੀ ਗੁਰੂ ਕੇ ਲੰਗਰ ਵਾਸਤੇ ਇਹ ਨਹੀਂ ਵੀ ਆਪਣੇ ਘਰ ਲੈ ਕੇ ਜਾਣੀਆਂ ਗੁਰੂ ਘਰ ਦੀ ਜ਼ਮੀਨ ਹੈ ਗੁਰੂ ਕੇ ਲੰਗਰ ਵਾਸਤੇ ਲੱਕੜਾਂ ਜਿਹੜੀਆਂ ਨੇ ਉਹ ਕੱਟਣ ਵਾਸਤੇ ਸਿੰਘ ਗਏ ਆ ਤੇ ਉਹਨਾਂ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਉਹਨਾਂ ਨੂੰ ਕੈਦ 6-6 ਮਹੀਨੇ ਦੀ ਜੁਰਮਾਨਾ ਤੱਕ ਇਸ ਨੂੰ ਲੈ ਕੇ ਗੁਰੂ ਕੇ ਸਿੱਖਾਂ ਨੇ ਮੋਰਚਾ ਲਾ ਦਿੱਤਾ ਵੀ ਇਹ ਬਿਲਕੁਲ ਸਰਾਸਰਾ ਨਿਆ ਗੁਰੂ ਘਰ ਦੀ ਜ਼ਮੀਨ ਗੁਰੂ ਘਰ ਦਾ ਬਾਗ ਗੁਰੂ ਕੇ ਲੰਗਰ ਵਾਸਤੇ ਲੱਕੜਾਂ ਲੈਣ ਜਾ ਰਿਹਾ ਗੁਰੂ ਕੇ ਸਿੱਖ ਤੇ ਉਹਨਾਂ ਨਾਲ ਐਸਾ ਕੁਝ ਕੀਤਾ ਜਾ ਰਿਹਾ ਬ੍ਰਿਟਿਸ਼ ਹਕੂਮਤ ਆ ਜਦੋਂ ਗੁਰੂ ਕੇ ਪਿਆਰਿਆਂ ਨੇ ਮੋਰਚਾ ਲਾ ਦਿੱਤਾ ਇਹ 8 ਅਗਸਤ ਤੇ 1922 ਜਦੋਂ ਇਹ ਗ੍ਰਫਤਾਰੀਆਂ ਦੇਣ ਵਾਸਤੇ ਗੁਰੂ ਕੇ ਪਿਆਰਿਓ ਦਰਜਾਂਦੇ ਰਸਤੇ ਵਿੱਚ ਉਹਨਾਂ ਨੂੰ ਡਾਂਗਾ ਨਾਲ ਕੁੱਟਿਆ ਵੀ ਜਾਂਦਾ ਐਸਾ ਕੁਝ ਕੀਤਾ ਜਾਂਦਾ ਔਰ ਉਸ ਵਕਤ ਜਿਹੜੇ ਇੱਕ ਪਾਦਰੀ ਕਲਕੱਤੇ ਦੀ ਧਰਤੀ ਤੋਂ ਚੱਲ ਕੇ ਆਇਆ ਉਹਨੇ ਗੁਰੂ ਕੇ ਬਾਗ ਵਿੱਚ ਮਾਰ ਖਾ ਕੇ ਸੱਟਾਂ ਖਾ ਕੇ ਜ਼ਖਮੀ ਹੋਏ बेहोश ਹੋਏ ਸਰੀਰਾਂ ਨੂੰ ਵੇਖਿਆ ਤੇ ਉਹ ਕਹਿੰਦਾ ਹੈ ਕਿ ਮੈਂ ਅੱਜ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਲੱਖਾਂ ਜਿਹੜੇ ਨੇ ਉਹ ਸੂਲੀ ਤੇ ਚੜੇ ਹੋਏ ਮੈਂ ਐਸੇ ਜਿਹੜੇ ਨੇ ਈਸਾ ਦੇ ਦਰਸ਼ਨ ਕੀਤੇ ਆ ਭਾਵੇਂ ਕਿ ਏਡੀ ਵੱਡੀ ਕੁਰਬਾਨੀ ਕਰਨ ਵਾਲੇ ਤੇ ਨਾਲ ਉਹਨੇ ਵੀ ਕਹਿ ਦਿੱਤਾ ਕਿ ਬ੍ਰਿਟਿਸ਼ ਹਕੂਮਤ ਦੀ ਆਤਮਕ ਹਾਰ ਆ ਇਹ ਸ਼ਬਦ ਉਸਨੇ ਵਰਤੇ ਔਰ ਜਿਹੜਾ ਹਕੂਮਤ ਆ ਉਹਨੇ ਆਪਣੇ ਵੱਲੋਂ ਇਹ ਆਵਾਜ਼ ਦਿੱਤੀ ਵੀ ਅਸੀਂ ਇੰਨੇ ਬੰਦੇ ਜੇਲਾਂ ਵਿੱਚ ਰੱਖਣ ਦਾ ਪ੍ਰਬੰਧ ਕਰ ਲਿਆ ਇਹਦਾ ਉਹਨਾਂ ਨੂੰ ਅਸੀਂ ਡਰ ਜਾਣਗੇ ਉਹਦਾ ਉਲਟ ਅਸਰ ਹੋਇਆ ਗੁਰੂ ਕੇ ਪਿਆਰੇ ਸੰਘੋਰ ਵੱਡੀ ਗਿਣਤੀ ਵਿੱਚ ਜੱਥੇ ਬਣ ਬਣ ਕੇ ਗ੍ਰਿਫਤਾਰੀਆਂ ਦੇਣ ਵਾਸਤੇ ਤੁਰੇ ਤਾਂ ਜਦੋਂ ਜਿੱਥੇ ਜਿੱਥੇ ਜੇਲਾਂ ਭਰਦੀਆਂ ਜਾਂਦੀਆਂ ਉੱਥੋਂ ਅੱਗੇ ਸ਼ਿਫਟ ਕਰਨ ਦੇ ਲਈ ਇਸ ਤਰ੍ਹਾਂ ਹੀ ਟ੍ਰੇਨ ਦੇ ਅੰਦਰ ਰਾਵਲਪਿੰਡੀ ਤੋਂ ਅਟਕਵਾਲੇ ਪਾਸੇ ਨੂੰ ਉਹਨਾਂ ਗੁਰੂ ਕੇ ਪਿਆਰੇ ਨੂੰ ਲਜਾਇਆ ਜਾਣ ਲੱਗਾ ਜਿਹੜੇ ਗ੍ਰਿਫਤਾਰੀਆਂ ਦੇ ਰਏ ਸਨ ਤਾਂ ਉਹ ਰਸਤੇ ਵਿੱਚ ਹਸਨ ਬਦਾਲ ਪੰਜਾ ਸਾਹਿਬ ਦਾ ਸਟੇਸ਼ਨ ਪੈਂਦਾ ਉਹਨਾਂ ਗੁਰੂ ਕੇ ਪਿਆਰਿਆਂ ਨੇ ਉੱਥੇ ਸਟੇਸ਼ਨ ਮਾਸਟਰ ਜਿਹੜਾ ਆ ਉਹਨੂੰ ਆਖਿਆ ਵੀ ਭਰਾ ਤੂੰ ਦੱਸਦਾ ਹੀ ਨਹੀਂ ਇੱਥੋਂ ਸਾਡੇ ਵੀਰ ਭਰਾ ਲੰਘਦੇ ਜਿਹੜੇ ਗੁਰੂ ਘਰਾਂ ਦੀ ਆਨ ਸ਼ਾਨ ਪਵਿੱਤਰਤਾ ਵਾਸਤੇ ਔਰ ਠੱਕੇ ਦੇ ਵਿਰੁੱਧ ਮੋਰਚਾ ਲਾ ਕੇ ਗ੍ਰਿਫਤਾਰੀਆਂ ਦੇ ਰੇ ਭੁਖਣ ਪਾਣੇ ਥੁ ਲੰਘਦੇ ਸਾਨੂੰ ਕੋ ਟਾਈਮ ਦੱਸਿਆ ਕਰ ਗੱਡੀ ਦਾ ਸੀ ਕੋਈ ਪ੍ਰਸ਼ਾਦਾ ਪਾਣੀ ਸ਼ਿਕਾ ਸਕੀਏ ਅੱਜ ਉਹਨੇ ਇਤਲਾਹ ਦਿੱਤੀ ਵੀ ਭਾਈ ਕੱਲ 8 ਵਜੇ ਗੱਡੀ ਜਿਹੜੀ ਹੈ ਉਹ ਲੰਗੇਗੀ ਜੀ ਦੇ ਵਿੱਚ ਉਹਨਾਂ ਗੁਰੂ ਕੇ ਸਿੱਖਾਂ ਨੂੰ ਲਿਜਾਇਆ ਜਾਣਾ ਜਿਨ੍ਹਾਂ ਨੇ ਗੁਰੂ ਘਰ ਦੇ ਜੋ ਗੁਰਦੁਆਰਾ ਗੁਰੂ ਕੇ ਬਾਗ ਦਾ ਮੋਰਚਾ ਹੈ ਉਹਨੂੰ ਲੈ ਕੇ ਗ੍ਰਿਫਤਾਰੀਆਂ ਦਿੱਤੀਆਂ ਤਾਂ ਇੱਕ ਟ੍ਰੇਨ ਜਿਹੜੀ ਅਟਕਵਾਲੇ ਪਾਸੇ ਜਾਣੀ ਹੈ ਉਹ 8 ਵਜੇ ਸਵੇਰੇ ਲੰਗਣੀ ਉਹਨਾਂ ਨਾਲ ਭਰੀ ਹੋਈ ਤੇ ਤੁਸੀਂ ਪ੍ਰਸ਼ਾਦੇ ਦੀ ਸੇਵਾ ਕਿੰਦੇ ਕਰਨੀ ਤਾਂ ਕਰ ਲਓ ਹੁਣ ਉਧਰ ਗੁਰੂ ਕੇ ਪਿਆਰਿਆਂ ਨੇ ਸੰਗਤ ਨੂੰ ਦੱਸਿਆ ਔਰ ਸੰਗਤ ਨੂੰ ਦੱਸ ਕੇ ਜਿੱਥੇ ਅੰਮ੍ਰਿਤ ਵੇਲੇ ਦੀਵਾਨ ਸਜੇ ਦੀ ਸਮਾਪਤੀ ਤੋਂ ਬਾਅਦ ਲੰਗਰ ਪ੍ਰਸ਼ਾਦਾ ਜਿਹੜਾ ਉਹ ਤਿਆਰ ਹੋ ਰਿਹਾ ਸੀ ਟਾਈਮ ਨਾਲ ਹੀ ਪ੍ਰਸ਼ਾਦੇ ਆਪ ਬਣਾਏ ਦਾਲਾਂ ਸਬਜ਼ੀਆਂ ਬਣਾਈਆਂ ਉਹ ਲੈ ਕੇ ਜਦੋਂ 8 ਵਜੇ ਤੋਂ ਪਹਿਲਾਂ ਸਟੇਸ਼ਨ ਵੱਲ ਨੂੰ ਆਏ ਨਾ ਤਾਂ ਉਥੇ ਸਟੇਸ਼ਨ ਮਾਸਟਰ ਨੇ ਗੱਲ ਕਹੀ ਕਹਿੰਦਾ ਵੀ ਮਗਰੋਂ ਇਤਲਾਹ ਆਈ ਆ ਵੀ ਇੱਥੇ ਕਿਸੇ ਵੀ ਹਾਲਤ ਵਿੱਚ ਗੱਡੀ ਜਿਹੜੀ ਉਹ ਰੁਕੇਗੀ ਨਹੀਂ ਰੋਕੀ ਨਹੀਂ ਜਾ ਸਕਦੀ ਉਹ ਗੁਰੂ ਕੇ ਪਿਆਰੇ ਕਹਿੰਦੇ ਸੀ ਤਾਂ ਅੰਮ੍ਰਿਤ ਵੇਲੇ ਅਰਦਾਸ ਕਰ ਦਿੱਤੀ ਹੁਣ ਜਦੋਂ ਇਹ ਸ਼ਬਦੋ ਨੇ ਆਖਿਆ ਕਿੰਦਾ ਵੀ ਗੱਡੀ ਰੁਕਣੀ ਨਹੀਂ ਉਹਨਾਂ ਆਖਿਆ ਸੀ ਤਾਂ ਹੁਣ ਆਪਣਾ ਅਰਦਾਸ ਜੋ ਕੀਤੀ ਉਹ ਪੂਰੀ ਕਰਕੇ ਉੱਠਣਾ। ਕਰੀਬਨ 300 ਦੇ ਲਗਭਗ ਜਿਹਦੇ ਵਿੱਚ ਮਤਾਵਾ ਬੀਬੀਆਂ ਵੀ ਸਨ ਨੌਜਵਾਨ ਵੀ ਐ ਬਜ਼ੁਰਗ ਵੀ ਐ। ਉਹ ਜਿਹੜੀ ਟ੍ਰੇਨ ਦੀ ਪਟੜੀ ਸੀ ਉਸ ਲਾਈਨ ਦੇ ਉੱਤੇ ਬੈਗ। ਜਿਹੜੀ ਟ੍ਰੇਨ ਸੀ ਉਹ ਆਪਣੇ ਟਾਈਮ ਦੇ ਨਾਲ ਆਪਣੇ ਵਕਤ ਨਾਲ ਆਈ। ਡਰਾਈਵਰ ਨੇ ਬਥੇਰੀਆਂ ਵਿਸਲਾਂ ਹਾਰਨ ਵਗੈਰਾ ਵਜਾਏ। ਪਰ ਇੱਕ ਵੀ ਐਸਾ ਸਰੀਰ ਨਹੀਂ ਸੀ ਜਿਹੜਾ ਮੌਤ ਤੋਂ ਡਰਦਾ ਲਾਈਨ ਤੋਂ ਉੱਠ ਕੇ ਪਾਸੇ ਹੋ ਗਿਆ ਹੋਵੇ। ਗੁਰੂ ਦੇ ਉੱਤੇ ਇਤਨਾ ਵੱਡਾ ਭਰੋਸਾ ਹੈ ਪ੍ਰਤੀਤ ਵਿਸ਼ਵਾਸ ਕਿਹਦੇ ਟ੍ਰੇਨ ਆਈ ਤੇ ਆ ਕੇ ਜਦੋਂ ਲਾਈਨ ਤੇ ਬੈਠੇ ਹੋਏ ਸਿੰਘਾਂ ਨੂੰ ਟੱਕਰ ਮਾਰੀ ਨਾ ਉਹਨੇ ਸਭ ਨਾਲੋਂ ਅੱਗੇ ਸਨ ਭਾਈ ਪ੍ਰਤਾਪ ਸਿੰਘ ਭਾਈ ਕਰਮ ਸਿੰਘ ਤੇ ਹੋਰ ਗੁਰੂ ਕੇ ਪਿਆਰੇ ਕੁਝ ਨੂੰ ਛੱਜੇ ਨੇ ਚੁੱਕ ਕੇ ਪਾਸੇ ਛੱਡ ਦਿੱਤਾ ਤੇ ਕੁਝ ਉਹਦੇ ਵੀਲ ਦੇ ਵਿੱਚ ਤੱਕ ਜਾ ਕੇ ਉੱਥੋਂ ਤੱਕ ਸਰੀਰ ਚਲੇ ਗਿਆ। ਇਹਦੇ ਵਿੱਚ ਜਿਹੜਾ ਜ਼ਿਆਦਾ ਅੱਗੇ ਜਾ ਕੇ ਫਸ ਗਿਆ ਉਹ ਸਨ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ। ਉਹ ਸਾਰੇ ਹੁਣ ਉਹਨਾਂ ਨੂੰ ਭੱਜੇ ਵੀ ਇਹਨਾਂ ਨੂੰ ਬਾਹਰ ਕੱਢੀਏ ਪਰ ਭਾਵਨਾ ਵੇਖੋ। ਭਾਈ ਪ੍ਰਤਾਪ ਸਿੰਘ ਦਾ ਜਵਾੜਾ ਇੱਥੋਂ ਪਾਟਾ ਹੋਇਆ ਸੀ ਪੂਰੇ ਦਾ ਪੂਰਾ ਇੱਕ ਪਾਸਿਓਂ। ਭਾਈ ਕਰਮ ਸਿੰਘ ਤਾਂ ਬਹੁਤ ਬੁਰੀ ਤਰ੍ਹਾਂ ਵਲੇ ਜਾ ਚੁੱਕੇ ਸਨ ਵਿੱਚ। ਲੈਕਣੋ ਕਹਿੰਦੇ ਆ ਕਿ ਸਾਨੂੰ ਬਾਅਦ ਵਿੱਚ ਕੱਢਿਓ ਪਹਿਲਾਂ ਪ੍ਰਸ਼ਾਦਾ ਛਕਾਓ ਸਿੰਘਾਂ ਨੂੰ ਕਿਉਂ ਜੇ ਸਾਨੂੰ ਕੱਢੋਗੇ ਅਸੀਂ ਨਿਕਲੇ ਤੇ ਇਨਾ ਟ੍ਰੇਨ ਫਿਰ ਤੋੜ ਲੈਣੀ ਐ ਸਾਨੂੰ ਇੱਥੇ ਹੀ ਫਸੇ ਰਹਿਣ ਦਿਓ ਪਰ ਇਹਨਾਂ ਨੂੰ ਪ੍ਰਸ਼ਾਦਾ ਛਕਾਓ ਉਹਦੇ ਤੋਂ ਬਾਅਦ ਕੋ ਕਾਰਜ ਕਰਨਾ ਕਿਆਂ ਕਿਉਂਕਿ ਪੰਜ ਛੇ ਸਰੀਰ ਐਸੇ ਸਨ ਜਿਨ੍ਹਾਂ ਦੀਆਂ ਲੱਤਾਂ ਬਾਹਵੇਂ ਕੱਟੀਆਂ ਗਈਆਂ ਜ਼ਖਮ ਲੱਗੇ ਉਹ ਹੁਣ ਪਟੜੀ ਦੇ ਉੱਤੇ ਖੂਨ ਖੂਣੀ ਰਾਤੀ ਰਾਤ ਦਿਸਦੀ ਉਹ ਵੀ ਉੱਤਰ ਕੇ ਜਿਹੜੇ ਆ ਉਹ ਕਹਿੰਦੇ ਪ੍ਰਸ਼ਾਦਾ ਸ਼ਕ ਨੂੰ ਦਿਲ ਨੇ ਕਹਿੰਦੇ ਨਹੀਂ ਅਸੀਂ ਅਰਦਾਸ ਕੀਤੀ ਪ੍ਰਸ਼ਾਦਾ ਸ਼ਕੋ ਪ੍ਰਸ਼ਾਦਾ ਸ਼ਕਾਇਆ ਉਹਦੇ ਤੋਂ ਬਾਅਦ ਟ੍ਰੇਨ ਜਿਹੜੀ ਐ ਉਹ ਅੱਗੇ ਜਦੋਂ ਸਿੰਘ ਫਿਰ ਪਾਸੇ ਹਟੇ ਫਿਰ ਤੁਰੀ ਭਾਈ ਸੇ ਭਾਈ ਕਰਮ ਸਿੰਘ ਜੀ ਉਹ ਤਾਂ ਉੱਥੇ ਹੀ ਸ਼ਹਾਦਤ ਦਾ ਜਾਮ ਪੀ ਗਏ ਤੇ ਭਾਈ ਪ੍ਰਤਾਪ ਸਿੰਘ ਜਿਹੜੇ ਨੂੰ ਇੱਕ ਦਿਨ ਬਾਅਦ ਉਹਨਾਂ ਨੇ ਜਾ ਕੇ ਜਿਹੜਾ ਆਪਣਾ ਸਰੀਰ ਕਚੋਲਾ त्यागਿਆ ਸ਼ਹਾਦਤ ਦਾ ਜਾਮ ਪੀਤਾ ਹੁਣ ਉਹ ਜਿਹੜੀ ਟ੍ਰੇਨ ਰੁਕੀ ਹਕੂਮਤ ਕਹਿੰਦੀ ਸੀ ਅਸੀਂ ਰੁਕਣ ਨਹੀਂ ਦੇਣੀ ਪਰ ਟ੍ਰੇਨ ਰੁਕੀ ਫਿਰ ਵੀ ਇਸ ਗੱਲ ਨੂੰ ਲੈ ਕੇ ਹਕੂਮਤ ਬਹੁਤ ਜ਼ਿਆਦਾ ਗੁੱਸੇ ਵਿੱਚ ਸੀ ਉਹਨਾਂ ਨੇ ਜਿਹੜਾ ਡਰਾਈਵਰ ਸੀ ਨਾ ਟ੍ਰੇਨ ਦਾ ਉਹ ਜਿਹੜਾ ਪਾਕਿਸਤਾਨ ਦੇ ਵਿੱਚ ਅੱਜਕੱਲ੍ਹ ਗੁਜਰਾਤ ਹੈ ਉਧਰ ਦਾ ਉਹ ਅਰਾਈ ਮੁਸਲਮਾਨ ਸੀ ਉਹਦੇ ਉੱਤੇ ਮੁਕੱਦਮਾ ਜਦੋਂ ਚੱਲਿਆ ਤੇ ਉਹਨਾਂ ਨੇ ਉਹਦੀ ਨਾ ਇਨਵੈਸਟੀਗੇਸ਼ਨ ਕਰਾਈ ਜਿਹੜਾ ਹਾਈ ਕੋਰਟ ਦਾ ਇਸ ਤਰ੍ਹਾਂ ਜੱਜ ਦੇ ਰਾਹੀਂ ਉਨੇ ਜਿਹੜੇ ਬਿਆਨ ਦਿੱਤੇ ਉਹ ਬੜਾ ਧਿਆਨ ਦੇਣ ਵਾਲੇ ਆ ਬੜਾ ਖਿਆਲ ਮੰਗਦੇ ਆ ਸਾਡਾ ਉਹਨੂੰ ਜਦੋਂ ਪੁੱਛਿਆ ਗਿਆ ਨਾ ਵੀ ਤੂੰ ਗੱਡੀ ਦੀਆਂ ਬ੍ਰੇਕਾਂ ਲਾਈਆਂ ਉਹ ਕਹਿੰਦਾ ਜੀ ਨਹੀਂ ਮੈਂ ਬ੍ਰੇਕ ਨਹੀਂ ਲਾਈ ਫਿਰ ਗੱਡੀ ਰੁਕੀ ਕਿਵੇਂ ਇਸ ਚੀਜ਼ ਦੀ ਜਦੋਂ ਉਹਨਾਂ ਨੇ ਪਰਚੋਲ ਕਰਾਈ ਵੀ ਵਾਕਈ ਗੱਡੀ ਦੀ ਬ੍ਰੇਕ ਨਹੀਂ ਲਗਾਈ ਗਈ ਜਦੋਂ ਗੱਡੀ ਉੱਥੇ ਰੁਕੀ ਆ ਸਨਬਦਾਲ ਪੰਜਾ ਸਾਹਿਬ ਸਟੇਸ਼ਨ ਤੇ ਤਾਂ ਬ੍ਰੇਕ ਦੀ ਵਰਤੋਂ ਨਹੀਂ ਕੀਤੀ ਗਈ ਫਿਰ ਰੁਕ ਕਿਵੇਂ ਗਈ ਤਾਂ ਉਹਨੇ ਉਸ ਮੁਸਲਮਾਨ ਵੀਰ ਨੇ ਜਿਹੜਾ ਡਰਾਈਵਰ ਸੀ ਉਹਦੀ ਇਹ ਉਸ ਵਕਤ ਦੀ ਸਟੇਟਮੈਂਟ ਹੈ ਉਹ ਕਹਿੰਦਾ ਹੈ ਕਿ ਜਦੋਂ ਗੱਡੀ ਜਾ ਕੇ ਅੱਗੇ ਬੈਠੇ ਸਰੀਰਾਂ ਨਾਲ ਛੱਜਾ ਲੱਗਾ ਟਕਰਾਈ ਤਾਂ ਉਹ ਐ ਨਹੀਂ ਲੱਗਾ ਵੀ ਕਿਸੇ ਨੇ ਤਾਂ ਗੱਡੀ ਕਿੰਨਿਆਂ ਕਿੰਨਿਆਂ ਨੂੰ ਦਰੜ ਕੇ ਲੰਘ ਜਾਂਦੀ ਰੁਕਦੀਆਂ ਥੋੜੀ ਕਿਤੇ ਟ੍ਰੇਨਾਂ ਕਿੰਨੇ ਵੀ ਸਰੀਰ ਹੋਣ ਉਹਦੀ ਸਪੀਡ ਨਹੀਂ ਰੁਕਦੀ ਪਰ ਕਹਿੰਦਾ ਉਹਨਾਂ ਸਰੀਰਾਂ ਨਾਲ ਜਾ ਕੇ ਜਦੋਂ ਟਕਰਾਈ ਉਹ ਐ ਨਹੀਂ ਲੱਗਾ ਕਿਸੇ ਸਰੀਰ ਨਾਲ ਟਕਰਾਈ ਹੋਵੇ ਇਸ ਤਰ੍ਹਾਂ ਮੈਨੂੰ ਮਹਿਸੂਸ ਹੋਇਆ ਵੀ ਜਿਵੇਂ ਕਿਸੇ ਬਹੁਤ ਵੱਡੇ ਪਹਾੜ ਦੇ ਨਾਲ ਜਾ ਕੇ ਗੱਡੀ ਟਕਰਾਈ ਹੋਵੇ ਤੇ ਉਹ ਟੱਕਰ ਦੇ ਨਾਲ ਇਹੋ ਜਿਹਾ ਜਿਹੜਾ ਝਟਕਾ ਪੈਦਾ ਮੇਰੇ ਹੱਥ ਵਿੱਚੋਂ ਆਪਣੇ ਆਪ ਜਿਹੜਾ ਵੈਕਮ ਸੀ ਉਹ ਛੁੱਟ ਗਿਆ ਹੁਣ ਉਹ ਜਦੋਂ ਨੇ ਪਹਾੜ ਸ਼ਬਦ ਵਰਤਿਆ ਨਾ ਤੇ ਵੇਖੋ ਇਹੀ ਧਰਤੀ ਸੀ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਪਹਾੜਾਂ ਨੂੰ ਪੰਜੇ ਲਾਏ ਤੇ ਉਹ ਵੀ ਉਥੇ ਦੇ ਉਥੇ ਸਥਿਰ ਹੋ ਗਏ ਉਹ ਮਾਲਕ ਅਰਦਾਸ ਦੇ ਵਿੱਚ ਤਾਕਤ ਇਹ ਸ਼ਕਤੀ ਇਹ ਬਲ ਹੈ ਵੀ ਜਦੋਂ ਉਹਦੇ ਉੱਤੇ ਭਰੋਸਾ ਕਰਕੇ ਪ੍ਰਤੀਤ ਕਰਕੇ ਕੋਈ ਬਿੰਦਾ ਕੋਈ ਵਿਸ਼ਵਾਸ ਰੱਖਦਾ ਹੈ ਤੇ ਭਾਈ ਇਹ ਟ੍ਰੇਨਾ ਤਾਂ ਬਹੁਤ ਛੋਟੀਆਂ ਚੀਜ਼ਾਂ ਨੇ ਗੁਰੂ ਕੇ ਪਿਆਰਾ ਪਿਆਰੇ ਜਿਹੜੇ ਬਹਿ ਗੋ ਕਹਿੰਦਾ ਇਸ ਤਰ੍ਹਾਂ ਲੱਗਾ ਜਿਵੇਂ ਕਿਸੇ ਗੈਬੀ ਸ਼ਕਤੀ ਨੇ ਵੀ ਅੱਗੇ ਆ ਕੇ ਇਸ ਤਰ੍ਹਾਂ ਰੁਕ ਤਿ ਜਿਵੇਂ ਕਿਸੇ ਪਹਾੜ ਨਾਲ ਟਕਰਾਈ ਹੋਵੇ ਔਰ ਮਹਾਰਾਜ ਸ਼ਲੋਕ ਸਹਿਸਕ੍ਰਿਤੀ ਵਿੱਚ ਕਹਿੰਦੇ ਆ ਮਸਕੰ ਪਗਨੰਤ ਸੈਲੰ ਕਹਿੰਦੇ ਉਹ ਮਾਲਕ ਮਛਰ ਵਿੱਚ ਇੰਨੀ ਤਾਕਤ ਭਰ ਦਿੰਦਾ ਵੀ ਉਹ ਮਨੁੱਖ ਪੱਥਰ ਨੂੰ ਟੱਕਰ ਮਾਰੇ ਤੇ ਪਾੜ ਕੇ ਸੁੱਟ ਦਵੇ ਔਰ ਉਹਨਾਂ ਗੁਰੂ ਕੇ ਪਿਆਰਿਆਂ ਦੇ ਅੰਦਰ ਇੱਕ ਵਿਸ਼ਵਾਸ ਇੱਕ ਭਰੋਸਾ ਇਕ ਪ੍ਰਤੀਤ ਕਿ ਸਤਗੁਰ ਆਗੈ ਸੀਸ ਭੇਟ ਦੇਉ ਜੇ ਸਤਗੁਰ ਸਾਚੇ ਭਾਵੇ ਔਰ ਤੁਸੀਂ ਹੈਰਾਨ ਹੋਵੋਗੇ ਭਾਈ ਪ੍ਰਤਾਪ ਸਿੰਘ ਦੀ ਹੁਣਾਂ ਦਾ ਜਿਹੜਾ ਜਨਮ ਆ ਉਹ 1800 ਤੇ 98 ਦਾ ਹੈ ਕਰੀਬਨ ਉਹਨਾਂ ਦੀ ਆਰਬਲਾ ਉਸ ਵਕਤ 24 ਤੋਂ 25 ਸਾਲ ਸੀ ਔਰ ਉਹਨਾਂ ਦੇ ਘਰ ਇੱਕ ਪੁੱਤਰ ਪਹਿਲਾਂ ਪੈਦਾ 2 ਸਾਲ ਦਾ ਹੋ ਕੇ ਗਰਮ ਪਾਣੀ ਦੇ ਵਿੱਚੋਂ ਡਿੱਗ ਪਿਆ ਉਹਦੀ ਮੌਤ ਹੋ ਗਈ ਲੇਕਿਨ ਉਹਨੇ ਉਸ ਮਾਲਕ ਦਾ ਭਾਣਾ ਮੰਨ ਕੇ ਸੱਤ ਕਰਕੇ ਉਸ ਸਹਿਬ ਦੇ ਹੁਕਮ ਦੇ ਵਿੱਚ ਅੰਦਰ ਚਾਹ ਨਹੀਂ ਕਿਤੇ ਗਿਆ ਸੇਵਾ ਦਾ ਵੀ ਮੇਰਾ ਤਾਂ ਪੁੱਤ ਚਲਾ ਗਿਆ ਜੀ ਉਹਦੇ ਤੋਂ ਬਾਅਦ ਉਹਨਾਂ ਦੇ ਘਰ ਇੱਕ ਧੀ ਸੀ ਜਿਸ ਦਾ ਨਾਮ ਜੁਗਿੰਦਰ ਕੌਰ ਭਾਈ ਪ੍ਰਤਾਪ ਸਿੰਘ ਦੀ ਉਹਨਾਂ ਦੀ ਉਹ ਜਲੰਧਰ ਦੇ ਵਿੱਚ ਉਹਨਾਂ ਮੁੜ ਕੇ ਟਿਕਾਣਾ ਜਿਹੜਾ ਰੱਖਿਆ ਉਹ ਪਹਿਲਾਂ ਫੌਜ ਦੇ ਵਿੱਚ ਸਨ ਔਰ ਜਦੋਂ ਸਾਕਾ ਨਨਕਾਣਾ ਸਾਹਿਬ ਦੇ ਰੋਸ ਵਿੱਚ ਕਾਲੀਆਂ ਦਸਤਾਰਾਂ ਸਜਾਉਂਦਾ ਹੁਕਮ ਨਾ ਸਜਾਈ ਤੇ ਅਫਸਰ ਨੇ ਰੋਕਿਆ ਵੀ ਤੂੰ ਕਿਉਂ ਇਹ ਸਜਾ ਨਹੀਂ ਸਕਦੇ ਤਾ ਉਹਨਾਂ ਨੂੰ ਕਰੀ ਤੋ ਅਸਤੀਫਾ ਦੇ ਦਿੱਤਾ ਤ ਉਸ ਵਕਤ ਉਹ ਪੰਜਾ ਸਾਹਿਬ ਪਹਿਲਾਂ ਮੈਨੇਜਰ ਉਹਦੇ ਤੋਂ ਬਾਅਦ ਸੈਕਟਰੀ ਤੇ ਉਹ ਜਦੋਂ ਸਾਕਾ ਵਾਪਰਿਆ ਉਹਨੂੰ ਖਜ਼ਾਨਚੀ ਸਨ ਔਰ ਬਿਨਾਂ ਤੰ ਲੈ ਤੋਂ ਸੇਵਾ ਕਰਦੇ ਸਨ ਤੇ ਭਾਈ ਕਰਮ ਸਿੰਘ ਜੀ ਜਿਹੜੇ ਨੇ ਵੇਖੋ ਮਹੰਤ ਬڑے ਵੱਧ ਚੱਲਣ ਔਰ ਗਿਰੇ ਜੀਵਣ ਵਾਲੇ ਵੀ ਸਨ ਪਰ ਭਾਈ ਕਰਮ ਸਿੰਘ ਆਨੰਦਪੁਰ ਸਾਹਿਬ ਦੇ ਮਹੰਤ ਭਗਵਾਨ ਸਿੰਘ ਜੀ ਹੁਣਾਂ ਦੇ ਸੁਪੁੱਤਰ ਸਨ ਤੇ ਭਗਵਾਨ ਸਿੰਘ ਜੀ ਹੁਣਾਂ ਦੀ ਮੌ ਇਹਨਾਂ ਦਾ ਨਾਮ ਪਹਿਲਾਂ ਭਾਈ ਕਰਮ ਸਿੰਘ ਹੁਣਾਂ ਦਾ ਪਹਿਲਾ ਨਾਮ ਸੰਤ ਸਿੰਘ ਸੀ ਜਦੋਂ ਹਜੂਰ ਸਾਹਿਬ ਜਾ ਕੇ ਅੰਮ੍ਰਿਤ ਦੀ ਦਾਤ ਲਈ ਤੇ ਨਾਮ ਸੰਤ ਸਿੰਘ ਤੋਂ ਕਰਮ ਸਿੰਘ ਰੱਖਿਆ ਗਿਆ ਔਰ ਇਹਨਾਂ ਦੇ ਪਿਤਾ ਭਗਵਾਨ ਸਿੰਘ ਦੀ ਮੌਤ ਤੋਂ ਬਾਅਦ ਮਹੰਤੀ ਜਿਹੜੀ ਅਨੰਦਪੁਰ ਸਾਹਿਬ ਦੀ ਇਹਨਾਂ ਦੇ ਪਾਸ ਆਈ। ਲੇਕਿਨ ਜਦੋਂ ਗੁਰਦੁਆਰਾ ਸੁਧਾਰ ਲਾਇਰ ਸਿੰਘ ਸਭਾ ਲੈ ਇਹ ਚੋਂ ਕੁਝ ਜਿਹੜਾ ਚੱਲਿਆ ਵੀ ਗੁਰੂ ਘਰਾਂ ਨੂੰ ਆਜ਼ਾਦ ਕਰਾਉਣਾ ਮਹੰਤਾਂ ਤੋਂ। ਤਾਂ ਇਹਨਾਂ ਨੇ ਆਪਣੇ ਆਪ ਜਾ ਕੇ ਚਾਬੀਆਂ ਜਿਹੜੀਆਂ ਨੇ ਉਹ ਗੁਰੂ ਕੇ ਸਿੱਖਾਂ ਨੂੰ ਸੌਂਪੀਆਂ। ਵੀ ਭਾਈ ਇਹ ਗੁਰੂ ਘਰ ਜਿਹੜਾ ਹੈ ਸੰਗਤ ਦੇ ਨੇ। ਇਸੇ ਕਰਕੇ ਮੈਂ مالک ਬਣ ਕੇ ਨਹੀਂ ਬਹਿ ਸਕਦਾ। ਇਹ ਮੈਂ ਗੁਰੂ ਘਰ ਦੀਆਂ ਚਾਬੀਆਂ ਆਪ ਜੀ ਨੂੰ ਸੌਂਪਦਾ ਹਾਂ ਆ ਤੁਸੀਂ ਜਿਸ ਦੀ ਵੀ ਸੇਵਾ ਲਾਉਣੀ ਜਿਸ ਢੰਗ ਨਾਲ ਉਹ ਸੇਵਾ ਕਰਾਓ ਇਹ ਵੀ ਇੱਕ ਮਹੰਤ ਦੇ ਸੁਪੁੱਤਰ ਸਨ ਲੇਕਿਨ ਉਹ ਜੀਵਨ ਬੜਾ ਵੱਖਰਾ ਤੇ ਅੱਜ ਜਿੱਥੇ ਉਹਨਾਂ ਨੇ ਗੁਰਦੁਆਰਾ ਪੰਜਾ ਸਾਹਿਬ ਨੂੰ ਆਜ਼ਾਦ ਕਰਾਉਣ ਦੇ ਵਿੱਚ ਇਹਨਾਂ ਗੁਰੂ ਕੇ ਪਿਆਰਿਆਂ ਨੇ ਹਿੱਸਾ ਪਾਇਆ ਸੇਵਾ ਕੀਤੀ ਤੇ ਅੱਜ ਉਹਨਾਂ ਗੁਰੂ ਕੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣ ਲਈ ਵੇਖੋ ਗੁਰਸਿੱਖਾਂ ਦੇ ਅੰਦਰ ਭਾਵਨਾ ਕਿਹੋ ਜੀ ਵਰਤੀਤ ਕਿਹੋ ਜੀ ਅਰਦਾਸ ਉੱਤੇ ਵਿਸ਼ਵਾਸ ਭਰੋਸਾ ਕਿਹੋ ਜਿਆ ਔਰ ਇਹ ਉਹਨਾਂ ਦੇ ਭਾਈ ਪ੍ਰਤਾਪ ਸਿੰਘ ਜੀ ਉਹਨਾਂ ਦੇ ਘਰੋਂ ਉਹਨਾਂ ਬੀਬੀ ਜੀ ਉਹਨਾਂ ਨੇ ਆਪ ਇਹ ਜਿਹੜਾ ਇੰਟਰਵਿਊ ਦਿੱਤੀ ਵੀ 300 ਸਰੀਰ ਲਾਈਨ ਤੇ ਬੈਠਾ ਲੇਕਿਨ 300 ਦੇ ਵਿੱਚੋਂ ਇੱਕ ਵੀ ਨਹੀਂ ਉੱਠਿਆ ਵੀ ਹਾਏ ਮੈਂ ਕਿਤੇ ਥੱਲੇ ਆ ਕੇ ਖਤਮ ਨਾ ਹੋ ਜਾਵਾਂ ਪਰ ਇਹ ਵੇਖੋ ਵੀ ਏਡੀ ਵੱਡੀ ਹਕੂਮਤ ਜਿਹਦੇ 'ਚ ਕਿਹਾ ਜਾਂਦਾ ਸੀ ਬ੍ਰਿਟਿਸ਼ ਹਕੂਮਤ ਜਿਨ੍ਹਾਂ ਦਾ ਰਾਜ ਸੀ ਜਿਨ੍ਹਾਂ ਦੇ ਰਾਜ ਵਿੱਚ ਕਦੇ ਸੂਰਜ ਨਹੀਂ ਡੁੱਬਦਾ ਪਰ ਉਹਨਾਂ ਹਕੂਮਤਾਂ ਨੂੰ ਵੀ ਸਿੰਘਾਂ ਦੇ ਅੱਗੇ ਆਖਰ ਜਿਹੜਾ ਉਹ ਗੋਡੇ ਟੇਕਣੇ ਪਏ ਤੇ ਮੋਰਚੇ ਜਿਹੜੇ ਨੇ ਗੁਰੂ ਕੇ ਪਿਆਰਿਆਂ ਨੇ ਜੇ ਲਾਏ ਤੇ ਉਹਨਾਂ ਮੋਰਚਿਆਂ ਨੂੰ ਜਿੱਤਿਆ ਵੀ ਤੇ ਉਹਨਾਂ ਜੇ ਏਡੀਆਂ ਏਡੀਆਂ ਵੱਡੀਆਂ ਹਕੂਮਤਾਂ ਅੱਜ ਛੋਟੇ-ਛੋਟੇ ਕੁਛ ਛੋਟਾ-ਮੋਟਾ ਪਦਵੀ ਵਾਲਾ ਉਹ ਵੀ ਪ੍ਰਵਾਹ ਨਹੀਂ ਕਰਦਾ ਉਹਦਾ ਕਾਰਨ ਕੀ ਹੈ ਕਿ ਸਾਡੇ ਨਿੱਜ ਦੇ ਸਵਾਰਥ ਵਿੱਚ ਆ ਗਏ ਜਿੱਦਣ ਅਸੀਂ ਗੁਰੂਵਾਲ ਮੁਖ ਕਰਕੇ ਗੁਰੂ ਨੂੰ ਸਮਰਪਿਤ ਹੋ ਕੇ ਆਪਣੇ ਸਵਾਰਥ ਛੱਡ ਕੇ ਗੁਰੂ ਵਾਸਤੇ ਗੁਰੂ ਘਰ ਵਾਸਤੇ ਪੰਥ ਵਾਸਤੇ ਕੌਮ ਵਾਸਤੇ ਤੁਰਾਂਗੇ ਤਾਂ ਚੇਤਾ ਰੱਖਿਓ ਕਿੰਡੀ ਵੀ ਵੱਡੀ ਹਕੂਮਤ ਕਿਉਂ ਨਾ ਹੋਵੇ ਕਿਤਨਾ ਵੀ ਕੋਈ ਜਿਹੜਾ ਤਾਕਤਵਰ ਕਿਉਂ ਨਾ ਹੋਵੇ ਉਹਨਾਂ ਨੂੰ ਅਖੀਰ ਝੁਕਣਾ ਹੀ ਪੈਗਾ ਤਾਂ ਕਰਕੇ ਸ਼ਾਹ ਮੁਹੰਮਦਾ ਕਹਿੰਦੇ ਆਖਰ ਨੂੰ ਸੋਈ ਹੋਸੀ ਅਖੀਰ ਨੂੰ ਉਹੀ ਹੋਸੀ ਹੋਵੇਗਾ ਜੋ ਕਰੇਗਾ ਖਾਲਸਾ ਪੰਥ ਮੀਆਂ ਕਹਿੰਦੇ ਅਖੀਰ ਉਹੀ ਹੋਏਗਾ ਜੋ ਖਾਲਸਾ ਪੰਥ ਕਰੇਗਾ ਤੋ ਅੱਜ ਦਾ ਇਹ ਇਤਿਹਾਸ ਸਾਕਾ ਪੰਜਾ ਸਾਹਿਬ ਦਾ ਜਿੱਥੇ ਉਹਨਾਂ ਗੁਰੂ ਕੇ ਪਿਆਰਿਆਂ ਆਪਣੀ ਰਤ ਡੋਲ ਕੇ ਇਹੋ ਜਿਹਾ ਇਤਿਹਾਸ ਕੈਮ ਕੀਤਾ ਜਿਹੜਾ ਗੁਰੂ ਤੇ ਵਿਸ਼ਵਾਸ ਅਰਦਾਸ ਉੱਤੇ ਔਰ ਗੁਰਸਿੱਖਾਂ ਦੇ ਨਾਲ ਪਿਆਰ ਜਿਹੜਾ ਹੈ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਵੀ ਸਾਡੇ ਭਰਾ ਗ੍ਰਿਫਤਾਰੀਆਂ ਦੇ ਰਹੇ ਪਰ ਉਹ ਖਣ ਭਾਣੇ ਨਾ ਹੋਣ ਉਹਦੇ ਲਈ ਭਾਵੇਂ ਜੀਵਨ ਕੁਰਬਾਨ ਕਰਨਾ ਪਵੇ ਅਸੀਂ ਪ੍ਰਸ਼ਾਦਾ ਛਕਾਵਾਂਗੇ ਤੋਂ ਨਮਸਕਾਰ ਹੈ ਐਸੀਆਂ ਕੁਰਬਾਨੀਆਂ ਨੂੰ ਨਮਸਕਾਰ ਉਹਨਾਂ ਦੇ ਚਰਨਾਂ ਵਿੱਚ ਜਿਨ੍ਹਾਂ ਅੰਦਰ ਇਹੋ ਜਿਹਾ ਜਜ਼ਬਾ ਗੁਰੂ ਕਿਰਪਾ ਕਰੇ ਸਾਡੇ ਉੱਤੇ ਵੀ ਐਸੀ ਰਹਿਮਤ ਔਰ ਗੁਰਸਿੱਖੀ ਪ੍ਰਤੀ ਪਿਆਰ ਪੈਦਾ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਦਕੀਆਂ ਕਦਾ ਕਹਾਂ